ਜਥੇਬੰਦੀਆਂ ਤੋਂ ਜੋ ਸਾਰੇ ਹੀ ਪਦਾਧਿਕਾਰੀ ਹਨ ਉੱਤੇ ਪਹੁੰਚ ਗਏ ਔਰ ਕਾਫੀ ਜ਼ਿਆਦਾ ਉੱਥੇ ਜੋ ਕਿ ਹੰਗਾਮਾ ਘੱਟੋ ਘੱਟ 2 ਘੰਟੇ ਚੱਲਦਾ ਰਿਹਾ। ਇਹ ਵੀ ਪਤਾ ਲੱਗਾ ਕਿ ਟਰੱਕ ਨੂੰ ਅੱਗ ਵੀ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਤੁਸੀਂ ਆਪਣੀ ਮਾਂ ਨੂੰ ਮਾਰ ਕੇ ਵੇਚ ਕੇ ਉਹਦੇ ਪੈਸੇ ਕਮਾ ਕੇ ਆਪਣੀ ਔਲਾਦ 'ਤੇ ਲਾਉਂਦੇ ਜੇ, ਅਤੇ ਮੇਰਾ ਨਹੀਂ ਖਿਆਲ ਕਿ ਜਿਹੜਾ ਵੀ ਇਹ ਕੰਮ ਕਰਦਾ ਆ ਕਿ ਉਹ ਕਦੇ ਜ਼ਿੰਦਗੀ 'ਚ ਆਪ ਅਤੇ ਆਪਣੇ ਬੱਚਿਆਂ ਨੂੰ ਸੁੱਖ ਦੀ ਨੀਂਦ ਸੌਣ ਦੇਗਾ। ਤੁਸੀਂ ਸਾਰੇ ਭਰਾ ਉੱਥੇ ਹੀ ਸੀਗੇ, ਸਿਚੁਏਸ਼ਨ ਇੱਦਾਂ ਦੀ ਬਣ ਚੁੱਕੀ ਸੀਗੀ ਕਿ ਉੱਥੇ ਕੁਛ ਵੀ ਹੋ ਸਕਦਾ ਸੀਗਾ। ਕਿ ਜਿਹੜੇ ਟਰੱਕ ਦੇ ਵਿੱਚ ਗਊ ਮਾਸ ਬਰਾਮਦ ਕੀਤਾ ਗਿਆ ਉਹ ਟਰੱਕ ਥਾਣੇ ਵੀ ਰਿਹਾ ਗਿਆ ਪਾਣੀਪਤ ਦੇ ਵਿੱਚ। ਕੱਲ੍ਹ ਦੇਰ ਰਾਤ ਪਠਾਨਕੋਟ ਚੌਂਕ ਦੇ ਨਜ਼ਦੀਕ ਉਦੋਂ ਹੰਗਾਮਾ ਹੋ ਗਿਆ ਜਦੋਂ ਹਿੰਦੂ ਸੰਗਠਨਾਂ ਵੱਲੋਂ ਇੱਕ ਟਰੱਕ ਦੇ ਵਿੱਚੋਂ ਗਊ ਮਾਸ ਬਰਾਮਦ ਕੀਤਾ। ਰਾਜੀਵ ਦੁੱਗਲ ਸਾਡੇ ਨਾਲ ਮੌਜੂਦ ਹੈ, ਜਿਨ੍ਹਾਂ ਨੇ ਉਸ ਟਰੱਕ ਦੇ ਵਿੱਚੋਂ ਕਾਫੀ ਭਾਰੀ ਮਾਤਰਾ ਦੇ ਵਿੱਚ ਗਊ ਮਾਸ ਜਿਹੜਾ ਬਰਾਮਦ ਕੀਤਾ। ਰਾਜੀਵ ਦੁੱਗਲ ਜੀ, ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਉਸ ਟਰੱਕ ਦੇ ਵਿੱਚ ਜਿਹੜਾ ਗਊ ਮਾਸ ਆ ਰਿਹਾ? ਪਹਿਲਾਂ ਤਾਂ ਮੈਂ ਦੈਨਿਕ ਸਵੇਰਾ ਦੇਖਦੇ ਦਰਸ਼ਕਾਂ ਨੂੰ ਨਮਸਤੇ, ਅਦਾਬ, ਸਲਾਮ ਅਤੇ ਸਤਿ ਸ਼੍ਰੀ ਅਕਾਲ ਕਰਦਾ ਹਾਂ। ਔਰ ਦੂਜੀ ਚੀਜ਼ ਕੀ ਹੈ ਕਿ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਤੁਹਾਨੂੰ ਗਊ ਮਾਸ ਬਾਰੇ ਕਿੱਦਾਂ ਜਾਣਕਾਰੀ ਮਿਲੀ ਹੈ, ਇੱਦਾਂ ਸੀਗਾ ਜੀ, ਦੇਰ ਰਾਤ ਸਮਾਂ ਸੀਗਾ ਤਕਰੀਬਨ 10:30 ਦਾ। ਉਸਦੇ ਦੌਰਾਨ ਮੈਂ ਆਪਣੇ ਔਫਿਸ 'ਚ ਸੀਗਾ ਅਤੇ ਕਾਫੀ ਜ਼ਿਆਦਾ ਜੋ ਕਿ ਹੰਗਾਮਾ ਉੱਥੇ ਹੋ ਰਿਹਾ ਸੀ। ਜਦੋਂ ਹੰਗਾਮਾ ਹੋ ਰਿਹਾ ਸੀਗਾ ਅਤੇ ਹੰਗਾਮੇ ਦੇ ਵਿੱਚ ਜਦੋਂ ਜਾ ਕੇ ਅਸੀਂ ਦੇਖਿਆ ਅਤੇ ਡਿਵੀਜ਼ਨ ਨੰਬਰ 8 ਤੋਂ ਪੁਲਿਸ ਕਾਫੀ ਮਤਲਬ ਤਦਾਦ ਦੇ ਵਿੱਚ ਸੀਗੀ ਔਰ ਉਹਦੇ ਨਾਲ ਅਲੱਗ ਅਲੱਗ ਗਊ ਮਾਤਾ ਸੰਗਠਨਾਂ ਵੱਲੋਂ, ਸ਼ਿਵ ਸੈਨਾ ਵੱਲੋਂ, ਗਊ ਸੇਵਾ ਵੱਲੋਂ, ਜੋ ਕਿ ਗੌਰਵ ਗੌਰਾ ਜੀ, ਉਹਨਾਂ ਦੀ ਸਾਰੀ ਟੀਮ ਤਕਰੀਬਨ 100-150 ਜੋ ਕਿ ਮੁੰਡਾ ਹੋਏਗਾ ਉੱਥੇ, ਜਿਨ੍ਹਾਂ ਨੇ ਉਹ ਟਰੱਕ ਨੂੰ ਉੱਥੇ ਰੋਕਿਆ ਸੀਗਾ ਔਰ ਜੋ ਟਰੱਕ ਉਹਨਾਂ ਦੇ ਭਰੋਸੇਯੋਗ ਸੂਤਰ ਜਾਂ ਮੁਖਬਰ ਅਸੀਂ ਕਹਿ ਸਕਦੇ ਹਾਂ, ਉਹਨਾਂ ਨੂੰ ਇੱਕ ਜਾਣਕਾਰੀ ਮਿਲੀ ਸੀਗੀ ਕਿ ਅਸੀਂ ਪਾਣੀਪਤ ਤੋਂ ਇਸ ਟਰੱਕ ਦੇ ਮਗਰ ਲੱਗੇ ਹੋਏ ਹਾਂ ਅਤੇ ਇਹ ਟਰੱਕ ਜੋ ਕਿ ਸਾਨੂੰ ਹਰ ਜਗ੍ਹਾ ਚਕਮਾ ਦੇ ਕੇ ਨਿਕਲੀ ਆ ਰਿਹਾ ਹੈਗਾ ਆ, ਅਤੇ ਅਸੀਂ ਜੋ ਕਿ ਟਰੱਕ ਨੂੰ ਇਸ ਟਾਈਮ ਫਗਵਾੜੇ ਦੇ ਲਾਗੇ ਪਹੁੰਚ ਗਏ ਹਾਂ। ਉਹਦੇ ਬਾਅਦ ਜੋ ਕਿ ਗੋਰਾ ਜੀ ਨੇ ਆਪਣੀ ਜੋ ਸਾਰੀ ਟੀਮ ਹੈ ਉਹ ਸਾਰੀ ਟੀਮ ਨੂੰ ਬੁਲਾਇਆ ਜੋ ਕਿ PAP ਤੋਂ ਮਗਰ ਲੱਗ ਗਏ ਔਰ PAP ਤੋਂ ਜਦੋਂ ਮਗਰ ਲੱਗੇ ਹੈਗੇ ਨੇ ਉਹ ਜਦੋਂ ਮਗਰ ਲੱਗੇ ਨੇ ਅਤੇ ਮਗਰ ਲੱਗ ਕੇ ਉਹਨਾਂ ਨੇ ਪਠਾਨਕੋਟ ਚੌਂਕ ਦੇ ਵਿੱਚ ਰਾਸ ਸੀਗਾ ਉੱਥੇ ਜੋ ਕਿ ਉਸ ਟਰੱਕ ਦੇ ਅੱਗੇ ਆਪਣੀ ਗੱਡੀ ਲਗਾ ਕੇ ਪਿੱਛੇ ਵੀ ਗੱਡੀ ਨੂੰ ਕਾਫੀ ਹਿੱਟ ਹੋਈਆਂ ਨੇ, 4-5 ਜੋ ਕਿ ਉਹਦੇ ਚਲਾਨ ਹੋਏ ਸੀਗੇ ਅਤੇ ਉੱਥੇ ਜਦੋਂ ਮੌਕੇ 'ਤੇ ਡਿਵੀਜ਼ਨ ਨੰਬਰ 8 ਤੋਂ ਇੰਸਪੈਕਟਰ ਸਾਹਿਬ ਔਰ ਉਹਨਾਂ ਦੀ ਸਾਰੀ ਜਿਹੜੀ ਟੀਮ ਆ ਉੱਥੇ ਪਹੁੰਚੀ ਸੀਗੀ ਅਤੇ ਹੰਗਾਮਾ ਇੱਦਾਂ ਦਾ ਸੀਗਾ ਕਿ ਉੱਥੇ ਕੁਛ ਵੀ ਹੋ ਸਕਦਾ ਸੀਗਾ। ਠੀਕ ਹੈ, ਉਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਬੜੀ ਸੂਝ ਅਤੇ ਬੂਝ ਦੇ ਨਾਲ ਜੋ ਕਿ ਉਸ ਹੰਗਾਮੇ ਨੂੰ ਸ਼ਾਂਤ ਤਾਂ ਨਹੀਂ ਕਰਵਾ ਪਾਏ, ਪਰ ਟਰੱਕ ਦੇ ਵਿੱਚ ਜੋ 3 ਲੋਕ ਸੀਗੇ ਔਰ ਜੋ 3 ਲੋਕ ਸੀਗੇ ਉਹਨਾਂ ਨੂੰ ਤਿੰਨ ਲੋਕਾਂ ਤੋਂ, ਮੈਂ 3 ਲੋਕਾਂ ਦੇ ਬਾਅਦ 'ਚ ਆ ਜਾਣਾ, ਇਹ ਵੀ ਪਤਾ ਲੱਗਾ ਕਿ ਟਰੱਕ ਨੂੰ ਅੱਗ ਵੀ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ? ਦੇਖੋ ਜੀ, ਹੁੰਦਾ ਇੱਦਾਂ ਆ ਕਿ ਜਦੋਂ ਕਿਤੇ ਇੱਦਾਂ ਦਾ ਘਟਨਾ ਹੋਣ ਲੱਗਦੀ ਹੈ ਨਾ, ਉਦੋਂ ਜਿਹੜੀ ਮਡੀਰ ਜਦੋਂ ਹੁੰਦੀ ਹੈ ਨਾ, ਅਤੇ ਉਦੋਂ ਪਤਾ ਨਹੀਂ ਲੱਗਦਾ ਕਿ ਕੀ ਹੋ ਜਾਣਾ ਹੈਗਾ ਆ। ਮੌਕੇ ਦੀ ਨਜ਼ਾਕਤ ਅਸੀਂ ਉਹਨੂੰ ਕਹਿ ਸਕਦੇ ਹਾਂ ਔਰ ਕਾਫੀ ਜ਼ਿਆਦਾ ਤੋੜ ਫੋੜ ਵੀ ਜਿਹੜੀ ਆ ਕਿ ਟਰੱਕ ਦੀ ਕੀਤੀ ਗਈ ਸੀਗੀ, ਕਿਉਂਕਿ ਹੁੰਦਾ ਕੀ ਆ ਕਿ ਜਦੋਂ ਇੱਦਾਂ ਦਾ ਇੰਸੀਡੈਂਟਸ ਹੁੰਦਾ ਆ ਉਹਦੇ 'ਚ ਕੁਛ ਸ਼ਰਾਰਤੀ ਅੰਸਰ ਵੀ ਹੁੰਦੇ ਹੈਗੇ ਨੇ, ਜਦੋਂ ਸ਼ਰਾਰਤੀ ਅੰਸਰ ਹੁੰਦੇ ਨੇ ਅਤੇ ਉਦੋਂ ਜਦੋਂ ਇੱਕ ਬੰਦਾ ਕਿਸੇ ਚੀਜ਼ ਦੇ ਮਗਰ ਲੱਗਦਾ ਆ ਅਤੇ ਉਹਦੇ ਮਗਰ ਬਾਕੀ ਵੀ ਲੱਗ ਜਾਂਦੇ ਆ, ਉਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਟਰੱਕ ਨੂੰ ਜੋ ਟਰੱਕ ਦੇ ਅੱਗੇ ਰੁਕ ਕੇ, ਠੀਕ ਹੈ, ਅਸੀਂ 2-3 ਲੋਕ ਟਰੱਕ ਦੇ ਉੱਤੇ ਚੜ੍ਹ ਕੇ ਉਹਦੇ ਅਗਲੇ ਸ਼ੀਸ਼ੇ ਦੇ ਅੱਗੇ ਰੁਕ ਕੇ ਅਸੀਂ ਜੋ ਕਿ ਪੁਲਿਸ ਦੀਆਂ ਗੱਡੀਆਂ ਅੱਗੇ ਲੱਗੀਆਂ, ਗੱਡੀਆਂ ਪਿੱਛੇ ਲੱਗੀਆਂ, ਜਦੋਂ ਤੱਕ ਅਸੀਂ ਡਿਵੀਜ਼ਨ ਨੰਬਰ 8 'ਚ ਪਹੁੰਚੇ ਹਾਂ ਅਤੇ ਉੱਥੇ ਸ਼ਿਵ ਸੈਨਾ ਵੱਲੋਂ ਨਰਿੰਦਰ ਥਾਪਰ ਜੀ, ਹਨੀ ਜੋਸ਼ੀ ਜੀ ਔਰ ਅਲੱਗ ਅਲੱਗ ਜੋ ਕਿ ਹਿੰਦੂ
ਜਥੇਬੰਦੀਆਂ ਤੋਂ ਜੋ ਸਾਰੇ ਹੀ ਪਦਾਧਿਕਾਰੀ ਹਨ ਉੱਥੇ ਪਹੁੰਚ ਗਏ ਔਰ ਕਾਫੀ ਜ਼ਿਆਦਾ ਉੱਥੇ ਜੋ ਕਿ ਹੰਗਾਮਾ ਘੱਟੋ ਘੱਟ 2 ਘੰਟੇ ਚੱਲਦਾ ਰਿਹਾ। ਹੰਗਾਮਾ ਇੰਨਾ ਕੁ ਚੱਲ ਪਿਆ ਸੀਗਾ ਕਿ 4 ਥਾਣਿਆਂ ਦੀ ਜਿਹੜੀ ਪੁਲਿਸ ਮੌਕੇ 'ਤੇ ਬੁਲਾਉਣੀ ਪਈ। 4 ਥਾਣਿਆਂ ਦੀ ਵੀ ਥੋੜ੍ਹੀ ਸੀਗੀ, ਮੇਰਾ ਖਿਆਲ ਹੈ ਕਿ ACP ਔਰ ADCP ਸਿਟੀ 1 ਸਾਹਿਬ ਔਰ 4-5 ਥਾਣਿਆਂ ਦੀ ਜੋ ਉਹਨਾਂ ਨੂੰ ਪੁਲਿਸ ਬੁਲਾਉਣੀ ਪਈ ਔਰ ਬੜੀ ਹੀ ਮੁਸ਼ੱਕਤ ਦੇ ਨਾਲ ਉਹ ਜੋ ਬੰਦੇ ਹੈ ਉਹਨਾਂ ਨੂੰ ਥਾਣੇ ਦੇ ਅੰਦਰ ਜੋ ਕਿ ਲੈ ਕੇ ਗਏ। ਔਰ ਹੋ ਸਕਦਾ ਕਿ ਜੇ ਕਿਤੇ ਇੰਨੀ ਪੁਲਿਸ ਨਾ ਬੁਲਾਉਂਦੇ ਕਿ ਜਿੰਨੀ ਕੁ ਮੰਡੀਰ ਸੀਗੀ ਕਿ ਉਹ ਜਿਹੜੇ ਬੰਦੇ ਸੀਗੇ 3 ਜਿਹੜੇ ਗਊ ਹੱਤਿਆ ਗਊ ਮਾਸ ਜੋ ਕਿ ਲੈ ਕੇ ਆ ਰਹੇ ਸੀ। ਅਸੀਂ ਹਿੰਦੂ ਧਰਮ ਵੱਲੋਂ ਇਸ ਦੀ ਬਹੁਤ ਨਿੰਦਿਆ ਕਰਦੇ ਹਾਂ ਕਿ ਇਹ ਕੋਈ ਚੰਗੀ ਗੱਲ ਨਹੀਂ ਹੈਗੀ। ਗਊ ਗਾਂ ਸਾਡੀ ਮਾਂ, ਅਤੇ ਗਊ ਜਿਹੜੀ ਗਊ ਹੱਤਿਆ ਕਰਨੀ ਬੜੀ ਹੀ ਮਾੜੀ ਗੱਲ ਹੈ। ਔਰ ਮੁੜਕੇ ਜਦੋਂ ਤੁਸੀਂ ਗਊ ਹੱਤਿਆ ਕਰਕੇ ਗਊ ਦਾ ਜਿਹੜਾ ਮਾਸ ਹੈ ਉਹਨੂੰ ਤੁਸੀਂ ਵੇਚਦੇ ਜੇ, ਠੀਕ ਹੈ, ਅਤੇ ਉਹਦੇ ਤੋਂ ਵੀ ਨਿੰਦਿਆ ਜੋ ਗੱਲ ਹੈ। ਤੁਸੀਂ ਆਪਣੀ ਮਾਂ ਨੂੰ ਮਾਰ ਕੇ ਵੇਚ ਕੇ ਉਹਦੇ ਪੈਸੇ ਕਮਾ ਕੇ ਆਪਣੀ ਔਲਾਦ 'ਤੇ ਲਾਉਂਦੇ ਜੇ, ਅਤੇ ਮੇਰਾ ਨਹੀਂ ਖਿਆਲ ਕਿ ਜਿਹੜਾ ਵੀ ਇਹ ਕੰਮ ਕਰਦਾ ਆ ਕਿ ਉਹ ਕਦੇ ਜ਼ਿੰਦਗੀ 'ਚ ਆਪ ਅਤੇ ਆਪਣੇ ਬੱਚਿਆਂ ਨੂੰ ਸੁੱਖ ਦੀ ਨੀਂਦ ਸੌਣ ਦੇਗਾ। ਗਾਂ ਗਾਂ ਸਾਡੀ ਮਾਂ। ਜਿਹੜੇ ਲੋਕ 3 ਰਾਊਂਡ ਅਪ ਕੀਤੇ, ਜਿਹੜੇ ਟਰੱਕ ਦੇ ਵਿੱਚੋਂ ਰਾਊਂਡ ਅਪ ਕੀਤੇ, ਪੁਲਿਸ ਉਹਨਾਂ ਨੂੰ ਥਾਣੇ ਇੱਦਾਂ ਲੈ ਕੇ ਗਈ ਜਿੱਦਾਂ ਆਤੰਕਵਾਦੀ ਲੈ ਕੇ ਜਾਂਦੇ ਆ? ਦੇਖੋ ਜੀ, ਹਾਲਾਤ ਹੀ ਇਸ ਤਰ੍ਹਾਂ ਦੇ ਹੋ ਚੁੱਕੇ ਸੀਗੇ ਕਿ ਲਾਅ ਐਂਡ ਆਰਡਰ ਜਿਹੜਾ ਹੈਗਾ ਆ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਜੋ ਦੇਖਿਆ ਗਿਆ ਆ, ਕਿਉਂਕਿ ਉੱਥੇ ਸਾਰਾ ਹੀ ਮੀਡੀਆ ਵੀ ਸੀਗਾ, ਤੁਸੀਂ ਸਾਰੇ ਭਰਾ ਉੱਥੇ ਸੀਗੇ, ਸਿਚੁਏਸ਼ਨ ਇੱਦਾਂ ਦੀ ਬਣ ਚੁੱਕੀ ਸੀਗੀ ਕਿ ਉੱਥੇ ਕੁਛ ਵੀ ਹੋ ਸਕਦਾ ਸੀਗਾ। ਹਰ ਜੋ ਕਿ ਉੱਥੇ ਇਨਸਾਨ ਸੀਗਾ ਉਹਦਾ ਜਿਹੜਾ ਕਿ ਮਤਲਬ ਕਹਿਣ ਦਾ ਕਿ ਦਿਮਾਗ ਜਿਹੜਾ ਉਸ ਟਾਈਮ ਪੰਜਾਬੀ 'ਚ ਕਿਹਾ ਜਾਂਦਾ ਹੈ ਕਿ ਖਰਾਬ ਹੋਇਆ ਪਿਆ ਸੀ, ਕਿ ਗਊ ਮਾਸ ਅੱਗੇ ਵੀ ਪਿੱਛੇ ਧੋਗਰੀ ਰੋਡ 'ਤੇ ਇੱਦਾਂ ਦਾ ਕੰਮ ਹੋਇਆ, ਠੀਕ ਹੈ, ਉਹਨਾਂ ਚੀਜ਼ਾਂ ਨੂੰ ਲੈ ਕੇ ਕਿ ਕਿਉਂ ਹਰ ਵਾਰ ਜੋ ਕਿ ਸਾਡੀ ਗਾਂ ਸਾਡੀ ਮਾਂ ਇਹਦਾ ਜਿਹੜਾ ਮਾਸ ਨਾਲ ਇੱਦਾਂ ਜਿਹੜਾ ਹੁੰਦਾ ਹੈਗਾ ਆ। ਅਤੇ ਇਸ ਕਰਕੇ ਉੱਥੇ ਜਿਹੜੇ ਹਾਲਾਤ ਬਹੁਤ ਹੀ ਤਣਾਅਪੂਰਨ ਜੋ ਕਿ ਹੋ ਚੁੱਕੇ ਸੀਗੇ। ਜਿੱਦਾਂ ਤੁਸੀਂ ਕਿਹਾ ਕਿ ਤੁਹਾਡੇ ਇਨਪੁੱਟ ਤੁਹਾਨੂੰ ਮਿਲੀ ਸੀਗੀ, ਜੀ ਤੁਹਾਨੂੰ ਇਨਪੁੱਟ ਮਿਲੀ, ਤੁਹਾਡੇ ਬੰਦੇ ਉਹ ਟਰੱਕ ਦੇ ਮਗਰ ਲੱਗੇ ਇਨਪੁੱਟ, ਜਿੱਥੇ ਤੱਕ ਸਾਡੇ ਸੋਰਸ ਕਹਿ ਰਹੇ ਆ, ਸਾਡੇ ਸੋਰਸ ਕਹਿ ਰਹੇ ਆ ਕਿ ਜਿਹੜੇ ਟਰੱਕ ਦੇ ਵਿੱਚ ਗਊ ਮਾਸ ਬਰਾਮਦ ਕੀਤਾ ਗਿਆ ਉਹ ਟਰੱਕ ਥਾਣੇ ਵੀ ਰਿਹਾ ਗਿਆ ਪਾਣੀਪਤ ਦੇ ਵਿੱਚ। ਦੇਖੋ ਜੀ, ਇਹਦੇ ਬਾਰੇ ਤਾਂ ਜੋ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਜੋ 3 ਲੋਕ ਸੀਗੇ ਉਹਨਾਂ ਨੇ ਦੱਸਿਆ ਸੀਗਾ ਕਿ ਸਾਡਾ ਕਿਤੇ ਉੱਥੇ ਐਕਸੀਡੈਂਟ ਵਗੈਰਾ ਹੋਇਆ ਸੀਗਾ, ਅਤੇ ਜੋ ਸਾਡਾ ਟਰੱਕ ਹੈਗਾ ਆ 2-3 ਦਿਨ ਜਿਹੜਾ ਆ ਉੱਥੇ ਲੱਗਾ ਰਿਹਾ ਸੀਗਾ, ਅਤੇ ਇਸ ਕਰਕੇ ਟਰੱਕ ਦੇ 2-3 ਜਗ੍ਹਾ ਚਲਾਨ ਵੀ ਹੋਏ ਸੀਗੇ, ਠੀਕ ਹੈ, ਅਤੇ ਜੋ ਅੱਜ ਜੋ ਕਿ ਅਸੀਂ ਇੱਥੇ ਫੜੇ ਗਏ ਹੈਗੇ ਹਾਂ। ਜਿਹੜੇ 3 ਨੌਜਵਾਨਾਂ ਨੂੰ ਕੱਲ੍ਹ ਰਾਊਂਡ ਅਪ ਕੀਤਾ, ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ, ਗੱਲਬਾਤ 'ਚ ਕੀ ਦੱਸਿਆ ਉਹਨਾਂ ਨੇ? ਗੱਲਬਾਤ 'ਚ ਇਹੀ ਦੱਸਿਆ ਕਿ ਅਸੀਂ ਜੋ ਕਿ ਡਰਾਈਵਰ ਹਾਂ, ਟਰੱਕ ਦਾ ਮਾਲਕ ਕੋਈ ਹੈ, ਸਾਨੂੰ ਜੋ ਮਾਲਕ ਨੇ ਕਿਹਾ ਸੀ ਉੱਥੋਂ ਲੋਡ ਕਰਨਾ ਆ, ਅੱਗੇ ਵੀ ਚੀਜ਼ਾਂ ਲੋਡ ਕਰੀ ਦੀਆਂ ਵੱਖ ਵੱਖ ਕੀ ਧਾਤੂ ਦੇ ਵਿੱਚ, ਅਸੀਂ ਵੀ ਆਪਣੇ ਬੱਚੇ ਪਾਲਦੇ ਹਾਂ, ਅਤੇ ਸਾਡਾ ਇਹਦੇ 'ਚ ਕੋਈ ਦੋਸ਼ ਨਹੀਂ ਹੈਗਾ, ਸਾਨੂੰ ਨਹੀਂ ਪਤਾ ਇਹਦੇ ਵਿੱਚ ਗਊ ਮਾਸ ਹੈ ਜਾਂ ਇਹਦੇ 'ਚ ਮੱਛੀ ਹੈ ਜਾਂ ਇਹਦੇ 'ਚ ਮੁਰਗਾ ਆ ਜਾਂ ਇਹਦੇ ਵਿੱਚ ਬੱਕਰਾ ਆ, ਸਾਨੂੰ ਨਹੀਂ ਸੀ, ਸਾਨੂੰ ਤਾਂ ਇਹੀ ਸੀਗਾ ਕਿ ਇਹ ਬੱਕਰੇ ਦਾ ਜੋ ਕਿ ਮਾਸ ਹੋਏਗਾ। ਗਊ ਮਾਸ ਕਿੰਨਾ ਕੁ ਸੀ ਔਰ ਕਿਸ ਕੰਡੀਸ਼ਨ 'ਚ ਸੀ? ਗਊ ਮਾਸ ਜਿਹੜਾ ਸੀਗਾ ਜੀ ਅੱਧੇ ਟਰੱਕ ਨਾਲੋਂ ਜ਼ਿਆਦਾ ਸੀਗਾ, ਔਰ ਜੋ ਕਿ ਫਰੀਜ਼ ਕੀਤਾ ਗਿਆ ਸੀਗਾ, ਫਰੀਜ਼ ਕੀ ਉਹਨੂੰ ਬੋਕਸਿਸ ਦੇ ਵਿੱਚ ਫਰੀਜ਼ ਸੀਗਾ, ਠੀਕ ਹੈ, ਜਦੋਂ ਅਸੀਂ ਉਹਨੂੰ ਮਾਸ ਦੀ ਜੋ ਕਿ ਅਸੀਂ ਪੁਖਤਾ ਹੀ ਕਰਨ ਦੇ ਲਈ ਅਸੀਂ ਜਦੋਂ ਉਹਦੇ ਬੋਕਸ ਖੋਲ੍ਹੇ ਸੀ, ਬੋਕਸ ਦੇ ਵਿੱਚ ਬਰਫ਼ ਦੇ ਵਿੱਚ ਉਹ ਮਾਸ ਲੱਗਾ ਹੋਇਆ ਸੀਗਾ, ਜੋ ਕਿ ਮੀਡੀਆ ਨੂੰ ਵੀ ਉੱਥੇ ਉਜਾਗਰ ਉਹ ਮਾਸ ਜਿਹੜਾ ਕੀਤਾ ਗਿਆ ਸੀਗਾ ਕਿ ਆਹ ਮਾਸ ਵਿੱਚੋਂ ਨਿਕਲਿਆ ਆ, ਠੀਕ ਹੈ। ਅਤੇ ਕੁਛ ਪੇਟੀਆਂ ਜਿਹੜੀਆਂ ਸੀਗੀਆਂ ਟਰੱਕ ਦੇ ਵਿੱਚ ਖਾਲੀ ਵੀ ਪਈਆਂ ਸੀਗੀਆਂ, ਇੱਥੋਂ ਅੰਦਾਜ਼ਾ ਇਹ ਲਗਾਇਆ ਜਾ ਸਕਦਾ ਕਿ ਪਿੱਛੇ ਵੀ ਇਹਨਾਂ ਨੇ ਗਊ ਮਾਸ ਕਿਸੇ ਨੂੰ ਵੇਚਿਆ ਹੋਊਗਾ? ਇੱਦਾਂ ਆ ਕਿ ਜਿਹੜੇ ਇਹ ਕਸ਼ਮੀਰੀ ਡਰਾਈਵਰ ਹੁੰਦੇ ਆ ਨਾ, ਚਾਹੇ ਅਸੀਂ ਉਹ ਲੈ ਲਈਏ ਕਿ ਉਹ ਸੇਬ ਲੈ ਕੇ ਆਉਂਦੇ ਆ ਜਾਂ ਗੱਭੂ ਗੋਛਾ ਲੈ ਕੇ ਆਉਂਦੇ ਆ ਜਾਂ ਕੁਛ ਵੀ ਲੈ ਕੇ ਆਉਂਦੇ ਹੈਗੇ ਨੇ, ਠੀਕ ਹੈ, ਇਹ ਲੋਕ ਕੀ ਕਰਦੇ ਹੈਗੇ ਨੇ ਕਿ ਆਪਣਾ ਜਿਹੜਾ ਡਿਲੀਵਰੀ ਜਿਹੜੀ ਆ ਨਾ ਉਹ ਰਾਹ ਦੇ ਵਿੱਚ ਵੇਚਦੇ ਜਾਂਦੇ ਹੈਗੇ ਨੇ ਆਪਣੇ ਰੋਟੀ ਪਾਣੀ ਦੇ ਖਰਚੇ ਦੇ ਲਈ। ਉਹਦੇ 'ਚੋਂ ਕੋਈ 10-15 ਡੱਬੇ ਜਿਹੜੇ ਖਾਲੀ ਜੋ ਕਿ ਉੱਥੇ ਬਰਾਮਦ ਹੋਏ ਸੀਗੇ ਵਿੱਚ, ਇਹਦਾ ਮਤਲਬ ਇਹ ਹੈ ਕਿ ਕਿਸੇ ਨੇ ਤਾਂ ਇਹਦੇ 'ਚ ਸ਼ਰਾਰਤ ਪਿੱਛੇ ਕੀਤੀ ਆ, ਕਿਸੇ ਕੋਈ ਡਿਲੀਵਰੀ ਦੇ ਕੇ ਆਏ ਹੀ ਹੈਗੇ ਨੇ, ਠੀਕ ਹੈ ਨਾ, ਕਿ ਕਹਿ ਦੇਣਗੇ ਕਿ ਡੱਬਿਆਂ 'ਚ ਕੁਛ ਹੋਰ ਵੀ ਪਾ ਕੇ ਵੇਟ ਪੂਰਾ ਕਰ ਸਕਦੇ ਹੈਗੇ ਨੇ,
ये जिहड़े ड्राइवर कौम हैगी आ इहदे खास करके जिहड़े कश्मीरी हैगे ने ਇਹ ਇੱਦਾਂ ਹੀ ਕਰਦੇ ਹੈਗੇ ਨੇ। ਅੱਜ ਤੋਂ 4-5 ਦਿਨ ਪਹਿਲਾਂ ਵੀ ਮੈਂ ਸਵੇਰੇ ਦੇਖਦਾ ਸੀਗਾ, ਮੈਂ ਆ ਰਿਹਾ ਸੀ ਆਪਣੇ ਕਾਰੋਬਾਰ 'ਤੇ ਅਤੇ ਰਣਵੀਰ ਕਲਾਸਿਕ ਦੇ ਬਾਹਰ ਇੱਕ ਟਰੱਕ ਲੱਗਾ ਹੋਇਆ ਸੀਗਾ ਐਪਲ ਦਾ, ਅਤੇ ਉਹਦੇ 'ਚੋਂ ਉਹਨੇ 5-6 ਡੱਬੇ ਜੋ ਕਿ ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਕਿ ਤੁਸੀਂ ਉੱਥੋਂ ਦੀ CCTV ਫੁਟੇਜ ਵੀ ਚੈੱਕ ਕਰੋਗੇ ਤੁਹਾਨੂੰ ਦਿਖੇਗਾ। ਇਹ ਅਕਸਰ ਹੀ ਦੇਖਣ 'ਚ ਆਉਂਦਾ ਹੈਗਾ ਆ, ਚਾਹੇ ਉਹ ਗੈਸ ਦੇ ਸਿਲੰਡਰ ਲੈ ਲਈਏ, ਚਾਹੇ ਇਹ ਲੈ ਲਈਏ, ਚਾਹੇ ਸੀਰਾ ਲੈ ਲਈਏ, ਜਿਹੜੇ ਖਾਸ ਕਰਕੇ ਇਹ ਜਿਹੜੇ ਕਸ਼ਮੀਰੀ ਡਰਾਈਵਰ ਹੈਗੇ ਨੇ ਇਹ ਇਹਨਾਂ ਚੀਜ਼ਾਂ ਨੂੰ ਅੰਜਾਮ ਦਿੰਦੇ ਨੇ, ਜੋ ਕਿ ਭਰੋਸੇਯੋਗ ਸੂਤਰਾਂ ਨੇ ਉੱਥੇ ਇਹ ਵੀ ਦੱਸਿਆ, ਮੈਂ ਪੁਸ਼ਟੀ ਨਹੀਂ ਕਰਦਾ, ਜੋ ਕਿ ਗੋਰਾ ਜੀ ਉੱਥੇ ਕਹਿ ਰਹੇ ਸੀ ਜੋ ਕਿ ਇਹਦੇ ਪ੍ਰਧਾਨ ਹੈਗੇ ਨੇ, ਠੀਕ ਹੈ, ਉਹ ਕਹਿ ਰਹੇ ਸੀਗੇ ਕਿ ਇਹਨਾਂ ਨੇ ਜੋ ਕਿ ਫਗਵਾੜੇ ਦੇ ਲਾਗੇ ਆਪਣੀ ਜੋ ਕਿ ਡਿਲੀਵਰੀ ਦੇ ਕੇ ਆਏ ਹੈਗੇ ਨੇ, ਅਤੇ ਇਹਨਾਂ ਨੇ ਪਿੱਛੇ ਸਾਨੂੰ ਕਾਫੀ ਜਗ੍ਹਾ ਹਿੱਟ ਕੀਤਾ ਹੈਗਾ ਆ ਕਿ ਜੇ ਇਹ ਪਠਾਨਕੋਟ ਚੌਂਕ ਨਿਕਲ ਜਾਂਦੇ ਤਾਂ ਫਿਰ ਇਹਨਾਂ ਨੇ ਹੱਥ ਨਹੀਂ ਸੀ ਆਉਣਾ। ਤੁਹਾਨੂੰ ਵੀ ਪਤਾ ਆ ਕਿ ਨੈਸ਼ਨਲ ਹਾਈਵੇ ਹੈਗਾ ਆ, ਨੈਸ਼ਨਲ ਹਾਈਵੇ ਦੇ ਕਰਕੇ ਇਹ ਟਰੱਕ ਜਿੱਦਾਂ ਕਿ ਪਾਣੀ ਪੱਤ ਤੋਂ ਚੱਲਦਾ ਆਇਆ ਨਹੀਂ ਹੱਥ ਆਇਆ, ਇੱਥੇ ਰਸ਼ ਕਰਕੇ ਜੋ ਕਿ ਇਹ ਟਰੱਕ ਇਹਨਾਂ ਦੀ ਕਿਸਮਤ ਮਾਰੀ ਸੀ ਜਾਂ ਸਾਡੀ ਕਿਸਮਤ ਚੰਗੀ ਸੀਗੀ ਜੋ ਕਿ ਅਸੀਂ ਇਹਨੂੰ ਫੜ ਸਕੇ ਹਾਂ, ਔਰ ਜੋ ਕਿ ਮੀਡੀਆ ਦੇ ਰਾਹੀਂ ਇਹ ਹਰ ਜਗ੍ਹਾ 'ਤੇ ਇਹ ਜੋ ਨਿਊਜ਼ ਜਿਹੜੀ ਗਈ ਆ ਉਹਦੇ ਨਾਲ ਹਰ ਬੰਦਾ ਜਿਹੜਾ ਉਜਾਗਰ ਹੁੰਦਾ ਹੈਗਾ ਕਿ ਗਊ ਮਾਸ ਕਿਤੇ ਵੀ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ। ਅਸੀਂ ਭਗਵੰਤ ਮਾਨ ਸਰਕਾਰ ਤੋਂ ਇਹੀ ਇੱਕ ਅਪੀਲ ਇੱਕ ਕਹਿ ਲਓ, ਤੁਸੀਂ ਜਿੱਦਾਂ ਕਿਹਾ ਕਿ ਪਾਣੀਪਤ ਤੋਂ ਟਰੱਕ ਚੱਲਦੇ ਆ ਪਠਾਨਕੋਟ ਚੌਂਕ ਦੇ ਵਿੱਚ, ਤੁਸੀਂ ਉਹਨੂੰ ਬਰਾਮਦ ਰੋਕਦੇ ਹੋ ਪਾਣੀਪਤ ਤੋਂ ਲੈ ਕੇ ਪਠਾਨਕੋਟ ਚੌਂਕ ਤੱਕ, ਕਿਸੇ ਨੇ ਪੁਲਿਸ ਵਾਲੇ ਨੇ ਨਾਕੇ 'ਤੇ ਚੈੱਕ ਨਹੀਂ ਕੀਤਾ? ਜੇ 3 ਦਿਨ ਸ਼੍ਰੀਮਾਨ ਜੀ ਇੱਕ ਟਰੱਕ ਜੋ ਕਿ ਇੱਕ ਥਾਣੇ ਦੇ ਵਿੱਚ ਲੱਗਾ ਰਿਹਾ ਆ ਉੱਥੇ ਚੈਕਿੰਗ ਨਹੀਂ ਹੋਈ, ਅਤੇ ਇਟ ਮੀਨਸ ਕਿ ਅੱਗੇ ਆਉਂਦੇ 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 ਟੋਲ ਪਲਾਜ਼ਾ ਹੀ ਆਉਣੇ ਸੀਗੇ, ਟੋਲ ਪਲਾਜ਼ਾ 'ਤੇ ਜਦੋਂ ਆ ਗਿਆ ਜਾਂ ਸ਼ੰਭੂ ਬਾਰਡਰ 'ਤੇ ਚੈੱਕ ਕੇ ਹੋਣਾ ਸੀ ਇਹਦੇ ਵਿੱਚ ਕੀ ਹੈਗਾ ਆ। ਦੇਖੋ ਦੇਖਿਆ ਤਾਂ ਇਹੀ ਨਲਾਇਕੀ ਮੈਂ ਕਹਿ ਸਕਦਾ ਹਾਂ ਕਿ ਇਹਨਾਂ ਨੇ ਜੋ ਕਿ ਚੈੱਕ ਨਹੀਂ ਕੀਤਾ ਕਿ ਇਹਨਾਂ ਨੇ ਉਹਨਾਂ ਨੇ ਜੋ ਕਿਹਾ ਇਹਨਾਂ ਨੇ ਉਹੀ ਮੰਨ ਲਿਆ, ਠੀਕ ਹੈ, ਉਹਦੇ ਕਰਕੇ ਜੋ ਕਿ ਗਊ ਮਾਸ ਦੀ ਅਸੀਂ ਕਹਿ ਰਹੇ ਹਾਂ ਕਿ ਉਹਨਾਂ ਦਾ ਝਾਕਾ ਖੁੱਲਦਾ ਖੁੱਲਦਾ ਅੱਜ ਅਸੀਂ ਕਹਿੰਦੇ ਹਾਂ ਉੱਥੇ, ਕੱਲ੍ਹ ਨੂੰ ਜਲੰਧਰ 'ਚ ਵੀ ਇਹ ਜਿਹੜਾ ਹੈ ਕਿ ਗਊ ਮਾਸ ਦਾ ਗਊ ਮਾਤਾ ਦਾ ਜੋ ਕਿ ਦੁਰਉਪਯੋਗ ਕਰਨਗੇ, ਅਸੀਂ ਸਰਕਾਰ ਦੇ ਕੋਲ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਇਹਨਾਂ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦਾ ਜਾਂ ਕੋਈ ਰੂਲ ਬਣਨਾ ਚਾਹੀਦਾ ਆ ਕਿ ਜਿਹਦੇ ਨਾਲ ਇਹ ਕੰਮ ਕਰਨ ਤੋਂ ਪਹਿਲਾਂ ਬੰਦਾ 100 ਵਾਰ ਸੋਚੇ ਕਿ ਜੇ ਮੈਂ ਇਹ ਕੰਮ ਕਰਦਾ ਹਾਂ ਤਾਂ ਮੇਰੇ ਨਾਲ ਕੀ ਹੋਏਗਾ। ਜੇ ਗੱਲ ਕਰਾਂ ਪਿਛਲੇ ਦਿਨੀ ਆਦਮਪੁਰ, ਧੋਗੜੀ ਰੋਡ, ਹੋਰ ਕਈ ਥਾਵਾਂ ਦੇ ਉੱਤੇ ਗਊ ਮਾਸ ਦੇ ਜਿਹੜੇ ਆ ਅੰਗ ਮਿਲੇ ਹੋਏ ਆ, ਉਸ ਘਟਨਾ ਨੂੰ ਕਿੱਦਾਂ ਦੇਖਦੇ ਹੋ? ਦੇਖੋ ਜੀ, ਗੱਲ ਤਾਂ ਫਿਰ ਉਹੀ ਆ ਜਾਂਦੀ ਆ ਪੰਕਜ ਜੀ, ਜਿੱਦਾਂ ਕਿ ਆਪਾਂ ਧੋਗੜੀ ਰੋਡ 'ਤੇ ਪਿੱਛੇ ਬੜੀ ਮਸ਼ੱਕਤ ਦੇ ਨਾਲ ਜੋ ਕਿ ਸੰਸਥਾਵਾਂ ਨੇ ਉਸ ਚੀਜ਼ 'ਤੇ ਉੱਥੇ ਗਏ ਸੀ, ਸਾਡੇ ਮਾਣਯੋਗ SSP ਸਾਹਿਬ ਮੁਖਵਿੰਦਰ ਸਿੰਘ ਭੁੱਲਰ ਜੀ ਵੀ ਉੱਥੇ ਗਏ ਸੀਗੇ, ਸਰਦਾਰ ਮਨਪ੍ਰੀਤ ਸਿੰਘ ਗਏ ਸੀ, ਸਾਰੀ ਪੁਲਿਸ ਉੱਥੇ ਗਈ ਸੀਗੀ ਜੋ ਕਿ ਅਸੀਂ ਦੇਖਦੇ ਸੀਗੇ। ਉਹਨਾਂ ਨੇ ਉਹ ਬੰਦੇ ਵੀ ਜਿਹੜੇ ਫੜ ਲਏ ਸੀਗੇ, ਉਹਦੇ ਬਾਅਦ ਉਹ ਕੇਸ ਵੀ ਚੱਲਿਆ ਹੈਗਾ ਆ। ਹੁਣ ਇੱਦਾਂ ਹੈ ਕਿ ਕੇਸ ਬਾਰੇ ਅੱਗੇ ਪਤਾ ਨਹੀਂ ਹੈਗਾ ਕੀ ਹੈਗਾ ਆ, ਕਿ ਉਹ ਠੰਡੇ ਬਸਤੇ 'ਚ ਆ ਜਾਂ ਗਰਮ ਬਸਤੇ 'ਚ ਹੈਗਾ ਆ ਜਾਂ ਕੀ ਹੈਗਾ ਆ, ਪਰ ਮੈਂ ਕਹਿੰਦਾ ਹਾਂ ਗੱਲ ਫਿਰ ਉਹੀ ਆ ਜਾਂਦੀ ਆ ਕਿ ਜਿਹੜਾ ਬੰਦਾ ਗਊ ਮਾਤਾ ਦੀ ਹੱਤਿਆ ਕਰਕੇ ਇਹ ਕੰਮ ਕਰਦਾ ਆ, ਜਿਹੜਾ ਉਹਦਾ ਪੈਸਾ ਵੀ ਖਾਂਦਾ ਆ, ਉਹ ਭਾਅ ਜੀ ਉਹ ਪੈਸੇ ਦੀ ਕਦੀ ਮਠਿਆਈ ਨਹੀਂ ਖਾਊਗਾ, ਦਵਾਈ ਖਾਊਗਾ, ਚਾਹੇ ਉਹ ਕੋਈ ਵੀ ਹੋਵੇ, ਮੈਂ ਇਹ ਕਹੂੰਗਾ ਕਿ ਇਹ ਕੰਮ ਬੰਦ ਹੋਣਾ ਚਾਹੀਦਾ ਆ। ਨਹੀਂ ਤਾਂ ਜਿੱਦਾਂ ਆਪਾਂ ਕੱਲ੍ਹ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਆਪਾਂ ਕੱਲ੍ਹ ਦੀ ਗੱਲ ਕਰਦੇ ਹਾਂ ਕਿ ਕੱਲ੍ਹ ਕੁਛ ਵੀ ਹੋ ਸਕਦਾ ਸੀਗਾ, ਇੱਦਾਂ ਹੋਣਾ ਕੀ ਆ, ਕਰਨਾ ਕਿਸੇ ਨੇ ਆ ਅਤੇ ਭਰਿਆ ਜਾਣਾ ਜੋ ਕਿ ਇੱਕ ਗਰੀਬ ਡਰਾਈਵਰ ਔਰ ਕੰਡਕਟਰਾਂ ਨੇ, ਕਿਉਂਕਿ ਜਿਹੜਾ ਬੰਦਾ ਮੌਕੇ 'ਤੇ ਆਉਂਦਾ ਆ ਉਸ ਟਾਈਮ ਜਦੋਂ ਪਬਲਿਕ ਦਾ ਜਿਹੜਾ ਹੁੰਦਾ ਨਾ ਕਰਾਊਡ ਦਾ ਜਿਹੜਾ, ਉਹ ਪਤਾ ਨਹੀਂ ਹੁੰਦਾ ਉਹਨੇ ਕਿੱਧਰ ਨੂੰ ਘੁੰਮ ਜਾਣਾ ਆ। ਇਸ ਕਰਕੇ ਸਰਕਾਰ ਦੇ ਕੋਲੋਂ ਇਹੀ ਅਪੀਲ ਕਰਦੇ ਹਾਂ, ਰਾਤੀ ਪ੍ਰਸ਼ਾਸਨ ਨੇ ਪੂਰਾ ਸਾਥ ਦਿੱਤਾ ਆ, ਅਸੀਂ ਇਹ ਕਹਿੰਦੇ ਹਾਂ ਕਿ ਇੱਦਾਂ ਹੀ ਪ੍ਰਸ਼ਾਸਨ ਸਾਥ ਦੇਵੇ ਔਰ ਕੋਈ ਇੱਦਾਂ ਦਾ ਕਾਨੂੰਨ ਬਣਾ ਕੇ ਇਹਨੂੰ ਕਾਨੂੰਨ ਨੂੰ ਪੰਜਾਬ ਸਰਕਾਰ ਪਾਸ ਕਰਕੇ ਜੋ ਕਿ ਦੇਵੇ ਕਿ ਜਦੋਂ ਵੀ ਇਹ ਫੜਿਆ ਜਾਂਦਾ ਇਹਨੂੰ ਕਠੋਰ ਤੋਂ ਕਠੋਰ ਜੋ ਸਜ਼ਾ ਹੋਣੀ ਚਾਹੀਦੀ ਆ, ਕਿ ਕੋਈ ਵੀ ਬੰਦਾ ਇਹ ਕੰਮ ਕਰਨ ਤੋਂ ਪਹਿਲਾਂ ਸੋਚ ਲਵੇ ਕਿ ਇਹ ਕੰਮ ਕਰ ਰਿਹਾ। ਅਜੇ ਹੁੰਦਾ ਕੀ ਆ, 100 ਦਿਨ ਚੋਰ ਦਾ ਅਤੇ 1 ਦਿਨ ਸਾਧ ਦਾ, ਇਹ ਕੰਮ ਹੋਣਾ ਹੀ ਹੁੰਦਾ ਹੈਗਾ ਆ, ਠੀਕ ਹੈ। ਇਸ ਕਰਕੇ ਮੀਡੀਆ ਨੂੰ ਇੱਕ ਚੌਥਾ ਸਤੰਭ ਮੰਨਿਆ ਜਾਂਦਾ ਆ, ਅਤੇ ਚੌਥਾ ਸਤੰਭ ਜੋ ਮੰਨਿਆ ਜਾਂਦਾ ਆ, ਮੈਂ ਇਹੀ ਕਹੂੰਗਾ ਤੁਹਾਡੇ ਦੁਆਰਾ ਜੋ ਕਿ ਇਹ ਹਰ ਜਗ੍ਹਾ ਨਿਊਜ਼ ਜਾਣੀ ਚਾਹੀਦੀ ਆ ਕਿ ਇਹ ਕੰਮ ਜਿਹੜਾ ਆ ਬੰਦ ਕੀਤਾ ਜਾਵੇ। ਅਸੀਂ ਰਾਜੀਵ ਦੁੱਗਲ ਜਿਨ੍ਹਾਂ ਨੇ ਕਿਹਾ ਕਿ ਜਿਹੜੇ ਵੀ ਲੋਕ ਗਊ ਮਾਸ ਦਾ ਪੈਸਾ ਖਾਂਦੇ ਆ ਉਹ ਜਿਹੜਾ ਪੈਸਾ ਹੈਗਾ ਦਵਾਈਆਂ ਦੇ ਵਿੱਚ ਹੀ ਨਿਕਲਦਾ ਹੈ। ਕਿਆ ਮੈਮ ਜਤਿੰਦਰਾ, ਵਿਨੇ ਸ਼ਰਮਾ, ਦੈਨਿਕ ਸਵੇਰਾ TV ਜਲੰਧਰ।